ਤਰਨਤਾਰਨ ਦੇ ਪਿੰਡ ਮਾਨੋਚਾਹਲ ਦੇ ਗੁਰਦੁਆਰਾ ਰਾਮ ਜੋਗੀ ਪੀਰ ਦੇ ਕਬਜ਼ੇ ਨੂੰ ਲੈ ਕੇ ਦੋ ਗੁੱਟਾਂ ਵਿੱਚ ਗੋਲੀਬਾਰੀ ਹੋਈ। ਪਿੰਡ ਦੇ ਲੋਕਾਂ ਨੇ ਕਬਜ਼ਾ ਕਰ ਰਹੇ ਪਰਿਵਾਰ ਸਮੇਤ ਗੁਰਦੁਆਰਾ ਦੇ ਗੈਸਟ ਹਾਊਸ ਵਿੱਚ ਬੈਠੇ 30 ਦੇ ਕਰੀਬ ਲੋਕਾਂ ਨੂੰ ਫੜ ਲਿਆ। ਇਸ ਵਿਵਾਦ ਵਿੱਚ 500 ਦੇ ਕਰੀਬ ਰੋਂਦ ਗੋਲੀ ਚੱਲੀ ਅਤੇ ਇੱਕ ਗੱਡੀ ਨੂੰ ਜਲਾ ਦਿੱਤਾ ਗਿਆ। ਘਟਨਾ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਦੇ ਗੈਸਟ ਹਾਊਸ ਵਿੱਚ ਬੈਠੇ ਪਰਿਵਾਰ ਅਤੇ ਪਿੰਡ ਵਾਲੇ ਕਬਜ਼ੇ ਦਾ ਦੋਸ਼ ਲਗਾ ਰਹੇ ਸਨ। ਗੈਸਟ ਹਾਊਸ ਵਿੱਚ ਬੈਠੇ ਲੋਕਾਂ ਨੇ ਕਿਹਾ ਕਿ ਪਿੰਡ ਵਾਲਿਆਂ ਨੇ ਹੁਣ ਨਵੀਂ ਕਮੇਟੀ ਬਣਾਈ ਹੈ ਅਤੇ ਸਾਨੂੰ ਜ਼ਬਰਦਸਤੀ ਇੱਥੋਂ ਕੱਢ ਰਹੇ ਹਨ। ਇਸ ਮੌਕੇ ਜਾਨ ਬਚਾਉਣ ਦੇ ਲਈ ਲੁੱਕੇ ਬੈਠੇ ਲੋਕਾਂ ਨੇ ਪੁਲਿਸ ਨੇ ਸੁਰੱਖਿਆ ਕੱਢਿਆ ਗਿਆ। ਇਸ ਮੌਕੇ ਤਰਨਤਾਰਨ ਦੇ SSP ਦਰਸ਼ਨ ਸਿੰਘ ਮਾਨ ਨੇ ਕਿਹਾ ਕਿ ਸਥਿਤੀ ਨੂੰ ਕੰਟਰੋਲ ਕਰ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ ਅਤੇ ਜਾਂਚ ਤੋਂ ਬਾਅਦ ਦੋਸ਼ੀ ਲੋਕਾਂ 'ਤੇ ਕਾਰਵਾਈ ਹੋਵੇਗੀ। ਜਿਹੜੀ ਇਹਨਾਂ ਸਾਰੇ ਗੁਰਦੁਆਰਾ ਬਾਬਾ ਰਾਮ ਜੋਗੀ ਪੀਰ ਜੀ ਆਏ ਮਾਨੋਜਾਲ ਕਲਾਂ ਪਿੰਡ ਮਾਨੋਜਾਲ ਕਲਾਂ ਗੁਰਦੁਆਰਾ ਬਾਬਾ ਰਾਮ ਜੋਗੀ ਪੀਰ ਜੀ ਇਸ ਗੁਰਦੁਆਰੇ ਦੇ ਵਿੱਚ ਸੰਤ ਬਾਬਾ ਸੱਚਖੰਡ ਵਾਸੀ ਦਇਆ ਸਿੰਘ ਜੀ, ਉਹਨਾਂ ਦੇ ਪਿਤਾ ਸੰਤ ਬਾਬਾ ਸੋਹਣ ਸਿੰਘ ਜੀ, ਉਹਨਾਂ ਨੇ ਸਾਡੇ ਦਾਦੇ ਨੂੰ ਸਤਿਕਾਰਯੋਗ ਸੰਤ ਬਾਬਾ ਅੱਛਰ ਸਿੰਘ ਜੀ ਨੂੰ ਬਿਠਾਇਆ ਇੱਥੇ। ਉਹਨਾਂ ਤੋਂ ਬਾਅਦ ਮੇਰੇ ਪਿਤਾ ਜੀ ਨੂੰ ਪਾ ਕੇ ਦਸਤਾਰਬੰਦੀ ਹੋਈ ਜਾਂ ਫੋਟੋ ਲਈ ਕਿਹਾ, ਉਹਨਾਂ ਤੋਂ ਬਾਅਦ ਮੇਰੇ ਪਿਤਾ ਤੋਂ ਬਾਅਦ 22/1/13 ਨੂੰ ਇੱਥੇ ਸਾਨੂੰ ਦਸਤਾਰਬੰਦੀ ਹੋਈ ਆ, ਬਤੌਰ ਫੋਟੋਆਂ ਵੀ ਆ। ਦੂਜੀ ਗੱਲ ਇਹ ਆ ਵੀ ਮੌਜੂਦਾ ਪੰਚਾਇਤ ਨੇ ਵੀ ਇਹ ਮਤਾ ਪਾ ਕੇ ਦਿੱਤਾ ਹੋਇਆ। ਨਾਂ ਇਤਿਹਾਸਿਕ ਗੁਰਦੁਆਰਾ ਵਾ ਬਾਬਾ ਰਾਮ ਜੋਗੀ ਪੀਰ, ਇਹਦੇ ਉੱਤੇ ਕਮੇਟੀ ਜਿਹੜੀ ਆ ਇੱਥੇ ਰਜਿਸਟਰ ਆ, ਕਮੇਟੀ ਦਾ ਕਬਜ਼ਾ ਸੀ, ਪਿੰਡ ਵਾਲੇ ਨਗਰ ਵਾਲੇ ਸਾਰੀ ਸੇਵਾ ਕਰਾਉਂਦੇ ਸੀ। ਇਹ ਜਿਹੜਾ ਯੋਧਾ ਸਿੰਘ ਇੱਥੋਂ ਡੇਰੇ ਦੇ ਵਿੱਚੋਂ ਇਹਨੇ ਪਹਿਲਾਂ ਨਸ਼ੇ ਦਾ ਆਦੀ ਕਰਕੇ ਇੱਥੋਂ ਬੰਦਾ ਵੀ ਇੱਕ ਮਰਿਆ, ਉਹਦਾ ਕਰਕੇ ਇਹਨੂੰ ਕਮੇਟੀ ਨੇ ਇੱਥੋਂ ਪਿੰਡ ਵਾਲਿਆਂ ਨੇ ਕੱਢ ਦਿੱਤਾ ਸੀ। ਇਹਨੇ ਆਣ ਕੇ ਬੰਦੇ ਬਾਹਰ ਦੇ ਲਿਆ ਕੇ ਅਤੇ ਰਫਲਾਂ ਨਾਲ ਲਿਆ ਕੇ ਇਹਨੇ ਸਵੇਰੇ ਜਦੋਂ ਤੜਕੇ ਸੀ 2 ਵਜੇ ਸਾਡੀ ਸੰਗਤ ਇੱਥੇ ਪਹੁੰਚਦੀ ਆ, ਉਹ ਮਹਾਰਾਜ ਦਾ ਸਰੂਪ 'ਤੇ ਬੈਠੀ ਸੰਗਤ, ਉਹਨੇ ਸੰਗਤ ਨੂੰ ਇਹਨਾਂ ਨੇ ਮਾਰ ਕੇ ਗਲੱਥੇ ਪਾਸੇ ਕੱਢਤਾ ਅਤੇ ਉੱਥੇ ਇਹਨਾਂ ਨੇ ਵਾੜ ਕੇ ਦੂਜਾ ਮਲਾ ਰਫਲਾਂ ਨਾਲ ਸਮੇਤ ਲੈ ਕੇ ਬਾਹਰ ਦੇ ਬੰਦੇ ਅਤੇ ਇਹਨਾਂ ਨੇ ਕਬਜ਼ਾ ਕਰ ਲਿਆ। ਗੁਰਦੁਆਰਾ ਸਾਹਿਬ ਹੈਗੇ ਨੇ, ਇਹਦੇ ਵਿੱਚ ਪਹਿਲਾਂ ਕੋਈ ਬਾਬਾ ਜੋਤ ਸਿੰਘ ਬੈਠਾ ਸੀ, ਉਹ ਕਿਸੇ ਕ੍ਰਿਮੀਨਲ ਕੇਸ 'ਚ ਅੰਦਰ ਚਲਾ ਗਿਆ ਸੀ। ਉਦੋਂ ਬਾਅਦ ਇਹਨਾਂ ਨੇ ਪਿੰਡ ਵਾਲਿਆਂ ਨੇ ਰਲ ਕੇ ਕਮੇਟੀ ਬਣਾ ਦਿੱਤੀ ਸੀ ਅਤੇ ਕਮੇਟੀ ਬਣਾ ਕੇ ਉਹ ਅੰਦਰ ਇਹਤੇ ਇਹਦੀ ਜੋ ਸਾਂਭ ਸੰਭਾਲ ਸੇਵਾ ਇਹਦੀ ਗੁਰਦੁਆਰਾ ਸਾਹਿਬ ਦੀ ਕਰ ਰਹੀ ਸੀ। ਰਾਤ ਜੋ ਪਿੰਡ ਵਾਲਿਆਂ ਨੇ ਦੱਸਿਆ ਵੀ ਉਹ 30-25 ਬੰਦੇ ਆਏ ਨੇ ਅਤੇ ਆ ਕੇ ਗੋਲੀਆਂ ਚਲਾਈਆਂ ਨੇ ਅਤੇ ਇਹ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ। For all updated news, please subscribe Ava News and ring the bell.